ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਡਿਸਟ੍ਰਿਕਟ ਕਪੂਰਥਲਾ ਸੁਲਤਾਨਪੁਰ ਲੋਧੀ। ਬੜੀ ਵੱਡੀ ਖਬਰ ਆ ਰਹੀ ਹੈ ਕਿ ਸੜਕ ਔਰ ਬੰਨ ਦੇ ਵਿਚਕਾਰ ਪਾੜ ਪੈ ਚੁੱਕਾ ਹੈ ਔਰ ਜਿਸ ਤੋਂ ਕਾਫੀ ਲੋਕ ਪ੍ਰਭਾਵਿਤ ਹੋਏ ਨੇ ਔਰ ਕਾਫੀ ਪਿੰਡ ਜਿਹੜੇ ਹੈ ਇਸ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ। ਜਿਹੜੀਆਂ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਕੁਛ ਤਸਵੀਰਾਂ ਵੇਖ ਰਹੇ ਹੋ ਇਹ ਸੁਲਤਾਨਪੁਰ ਲੋਧੀ ਏਰੀਏ ਦੀਆਂ ਨੇ, ਜਿਸ 'ਤੇ ਕੁਛ ਸਰੂਪ ਵਾਲਾ ਪਿੰਡ ਦੇ ਆਲੇ ਦੁਆਲੇ ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਨੇ ਜੋ ਤੁਸੀਂ ਇਸ ਸਮੇਂ ਟੀਵੀ ਸਕਰੀਨ 'ਤੇ ਵੀਡੀਓ ਵੇਖ ਰਹੇ ਹੋ। ਲੇਕਿਨ ਇਸ ਵੀਡੀਓ ਤੋਂ ਬਾਅਦ ਅਸੀਂ ਸੁਲਤਾਨਪੁਰ ਲੋਧੀ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਜੀ ਦੇ ਨਾਲ ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਨਿਰਮਲ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਲੇਕਿਨ ਪਾੜ ਪਿਆ ਕਦੋਂ? ਸਵੇਰੇ ਪਿਆ ਜਾਂ ਰਾਤ ਨੂੰ ਪਿਆ? ਇੱਕ ਪਾੜ ਜਿਹੜਾ ਕੱਲ 4 ਵਜੇ ਸ਼ਾਮੀ ਪਿਆ, ਇੱਕ ਪਾੜ ਜਿਹੜਾ ਸਵੇਰੇ ਤੜਕੇ 4 ਵਜੇ ਪਿਆ ਜੀ। ਇਹਨਾਂ ਦੋਵਾਂ ਪਾੜਾਂ ਨਾਲ 25 ਤੋਂ 30 ਪਿੰਡ ਪ੍ਰਭਾਵਿਤ ਹੋ ਗਏ ਜੀ। ਔਰ ਮੈਂ ਵੇਖ ਰਿਹਾ ਟੀਵੀ ਦੇ ਉੱਪਰ ਸਕਰੀਨ ਦੇ ਉੱਪਰ ਸਾਰੀਆਂ ਤਸਵੀਰਾਂ, ਮਤਲਬ ਕਾਫੀ ਪਾਣੀ ਆ ਜਿਹੜਾ ਕੰਟਰੋਲ ਨਹੀਂ ਕੀਤਾ ਜਾ ਸਕਦਾ, ਔਰ ਪ੍ਰਸ਼ਾਸਨ ਕੀ ਕਰ ਰਿਹਾ? ਪ੍ਰਸ਼ਾਸਨ ਵੱਲੋਂ ਕਿ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਹਲੇ ਤੱਕ ਜਿਹੜੀ ਕੋਈ ਕਾਰਵਾਈ ਨਹੀਂ ਕਰ ਰਹੇ, ਜਿਹੜੀ ਕਿ ਮਿਲਟਰੀ ਆਈ ਹੋਈ ਹੈ, ਮਿਲਟਰੀ ਨੂੰ ਕੋਈ ਪੁਖਤਾ ਪ੍ਰਬੰਧਾਂ ਲਈ ਸਮਾਨ ਨਹੀਂ ਮਿਲਿਆ, ਉਹ ਵੀ ਹਲੇ ਵੀ ਬੈਠੀ ਹੈ ਕਿ ਕੱਲ ਤੱਕ ਸਮਾਨ ਆਊਗਾ ਤਾਂ ਅਸੀਂ ਇਹਨਾਂ ਬੰਨਾਂ ਨੂੰ ਪੂਰਾਂਗੇ। ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕੀਤੀ? ਇਸ ਸੰਬੰਧ ਵਿੱਚ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਹੈ ਜੀ, ਉਹ ਕਹਿੰਦਾ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਸਮਾਨ ਜਿਹੜਾ ਪ੍ਰੋਵਾਈਡ ਕੀਤਾ ਜਾਊਗਾ। ਔਰ ਲੋਕ ਜਿਹੜੇ ਤੁਸੀਂ ਪਿੰਡ ਦੱਸ ਰਹੇ ਹੋ ਵਿੱਚ ਫਸੇ ਹੋਏ ਨੇ, ਉਹਨਾਂ ਦੇ ਖਾਣ ਪੀਣ ਦੀ ਵਿਵਸਥਾ, ਪਸ਼ੂਆਂ ਲਈ ਚਾਰਾ, ਬੱਚਿਆਂ ਲਈ ਦੁੱਧ, ਮਤਲਬ ਉਹ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋਣਗੇ? ਸੋਤਾ ਜੀ, ਇਹ ਜਿਹੜੀ ਹੈਗੀ ਇਹਨਾਂ ਦੇ ਖਾਣ ਪੀਣ ਦੀ ਵਿਵਸਥਾ, SCPC ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਤੇ ਇਹਨਾਂ ਲਈ ਖਾਣ ਲਈ ਪਸ਼ੂਆਂ ਲਈ ਚਾਰਾ ਚੂਰਾ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ ਜੀ। ਸੋ ਇਸ ਸੰਬੰਧ ਵਿੱਚ ਨਿਰਮਲ ਸਿੰਘ ਜੀ ਨੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਤਰਲੋਚਨ ਸਿੰਘ ਆ ਜੀ। ਸਰੂਪ ਵਾਲੇ ਲਾਗੇ ਤੇ ਇੱਕ ਹੁਣ ਆ ਪੈ ਗਿਆ ਜੀ, ਤੜਕੇ 4 ਕੁ ਵਜੇ ਪਿਆ ਜੀ। ਹਾਂਜੀ, ਟਰਾਈ ਤਾਂ ਬਹੁਤ ਕੀਤੀ ਉਹਨਾਂ ਨੇ ਜੀ, ਪਰ ਨਹੀਂ, ਫਿਲਹਾਲ ਤੁਹਾਡੇ ਸਾਹਮਣੇ ਜੋ ਵੀ ਹੈਗਾ ਤੁਸੀਂ ਲਾਈਵ ਕਵਰ ਕਰ ਹੀ ਜਾਣਾ ਜੀ। ਪਹਿਲਾਂ ਬਣਦੇ ਰਹੇ ਨੀ, ਬੰਨ ਹੋਇਆ, ਟੁੱਟ ਗਿਆ ਫਿਰ। ਸੋ ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ।